ਸਾਡਾ ਪੰਜਾਬੀ ਵਿਰਸੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਸ ਚੈਨਲ ਤੇ। ਦੋਸਤੋ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਲੈ ਕੇ। ਜਿਵੇਂ ਕਿ ਅਸੀਂ ਦੋਸਤੋ ਪਿਛਲੀ ਵੀਡੀਓ 'ਚ ਦੱਸਿਆ ਸੀ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਨਾਲ ਜੁੜਿਆ ਇੱਕ ਯਾਦਗਾਰੀ ਕਿੱਸਾ। ਅੱਜ ਇਨਸਾਨ 'ਚੋਂ ਇਨਸਾਨ ਦੀ ਹਮਦਰਦੀ ਲਈ ਕੋਈ ਸਮਾਂ ਨਹੀਂ। ਅਸੀਂ ਸਾਰੇ ਜਾਣਦੇ ਹਾਂ ਹਰ ਇਨਸਾਨ ਵਿਹਲਾ ਹੋ ਕੇ ਵੀ ਆਪਣੇ ਆਪ ਨੂੰ ਆਪਣੇ ਵਿੱਚ ਬਿਜ਼ੀ ਹੁੰਦਾ ਦਿਖਾਈ ਦਿੰਦਾ ਹੈ, ਪਰ ਇਸ ਦੇ ਉਲਟ ਅਮਰ ਸਿੰਘ ਚਮਕੀਲਾ ਜੀ ਇੱਕ ਐਸੀ ਰੂਹ ਸੀ ਜੋ ਕਿਸੇ ਦਾ ਦੁੱਖ ਸਮਝਦੇ ਸੀ ਤੇ ਹਰ ਕਿਸੇ ਦਾ ਦੁੱਖ ਖਤਮ ਕਰ ਦਿੰਦੇ ਸੀ। ਅਨੇਕਾਂ ਇਸ ਤਰ੍ਹਾਂ ਦੇ ਕਿੱਸਿਆਂ ਨੂੰ ਸਮੇਂ-ਸਮੇਂ ਤੇ ਇਹ ਸਾਰੇ ਕਿੱਸੇ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਗੱਲ ਕਰਦਾ ਹਾਂ, ਜਿਵੇਂ ਕਿ ਟਾਈਟਲ ਦਿੱਤਾ ਹੈ ਚਮਕੀਲਾ ਜੀ ਦਾ ਇੱਕ ਹਮਦਰਦੀ ਭਰਿਆ ਕਿੱਸਾ। ਇਹ ਕਿੱਸਾ ਮੈਂ ਬਲਰਾਜ ਸਿੰਘ ਸਿੱਧੂ ਦੀ ਕਿਤਾਬ ਸ਼ਹੀਦ ਤੋਂ ਪੜ੍ਹ ਕੇ ਸੁਣਾਵਾਂਗਾ ਦੋਸਤੋ, ਭਾਗ 20 ਤੋਂ। ਹੁਸ਼ਿਆਰਪੁਰ ਕੋਲ ਪ੍ਰੋਗਰਾਮ ਲੱਗਿਆ ਸੀ ਉਸ ਦਿਨ। ਰਸਤੇ ਵਿੱਚ ਚਮਕੀਲਾ ਸਾਰੇ ਰਾਤ ਚੁੱਪ ਰਿਹਾ ਸੀ। ਹਰਜੀਤ ਗਿੱਲ ਵੀ ਖਾਮੋਸ਼ ਹੀ ਬੈਠਾ ਰਿਹਾ ਸੀ। ਆਮ ਤੌਰ ਤੇ ਗੱਡੀ ਵਿੱਚ ਹਾਸਾ ਮਜ਼ਾਕ ਚੱਲਦਾ ਰਹਿੰਦਾ ਹੁੰਦਾ ਸੀ। ਦਫ਼ਤਰ ਪਹੁੰਚ ਕੇ ਚਮਕੀਲੇ ਨੇ ਸਾਜਿਆਂ ਨੂੰ ਉਹਨਾਂ ਦਾ ਮਿਹਨਤਾਨਾ ਦਿੱਤਾ ਤੇ ਪੈਸੇ ਲੈ ਕੇ ਉਹ ਇੱਕ ਇੱਕ ਕਰਕੇ ਆਪਣੇ ਘਰਾਂ ਨੂੰ ਤੁਰਦੇ ਗਏ ਸਨ। ਅਗਲੇ ਦਿਨ ਫਿਰ ਸਾਜਰੇ ਪ੍ਰੋਗਰਾਮ ਲਾਉਣਾ ਨਿਕਲਣਾ ਸੀ। ਜਦੋਂ ਵਾਜੇ ਵਾਲਾ ਹਰਜੀਤ ਗਿੱਲ ਆਪਣੇ ਪੇਮੈਂਟ ਲੈ ਕੇ ਜਾਣ ਲੱਗਿਆ ਤਾਂ ਚਮਕੀਲੇ ਨੇ ਉਸਨੂੰ ਆਵਾਜ਼ ਮਾਰ ਲਈ ਸੀ, ਗਿੱਲ ਗੱਲ ਸੁਣ ਕੇ ਜਾਈ। ਗਿੱਲ ਬਾਹਰ ਜਾਂਦਾ ਰੁਕ ਕੇ ਉੱਥੇ ਹੀ ਕੁਰਸੀ ਤੇ ਬੈਠ ਗਿਆ ਸੀ। ਚਮਕੀਲਾ ਬਾਕੀ ਦਾ ਹਿਸਾਬ ਕਿਤਾਬ ਕਰਕੇ ਗਿੱਲ ਨੂੰ ਲੈ ਕੇ ਬਾਹਰ ਨਿਕਲ ਗਿਆ ਸੀ। ਦਫ਼ਤਰਾਂ ਸਾਹਮਣੇ ਬਣੀ ਛੋਟੀ ਜਿਹੀ ਪਾਰਕ ਵਿੱਚ ਦੋਨੇ ਜਾਣੇ ਇਕਾਂਤ ਵਿੱਚ ਬੈਠ ਗਏ ਸਨ। ਕੁਝ ਦੇਰ ਚੁੱਪ ਬੈਠੇ ਰਹਿਣ ਬਾਅਦ ਗਿੱਲ ਨੇ ਗੱਲ ਛੇੜੀ ਸੀ, ਦੱਸੋ ਕੀ ਹੁਕਮ ਹੈ? ਚਮਕੀਲੇ ਨੇ ਗਿੱਲ ਵੱਲ ਵੇਖਿਆ ਸੀ। ਦੇਖ ਗਿੱਲ, ਤੈਨੂੰ ਪਤਾ ਹੈ ਅੱਜ ਮੇਰੀ ਕਲਾਕਾਰਾਂ ਵਿੱਚ ਪੂਰੀ ਝੰਡੀ ਹੈ। ਮੇਰਾ ਹਰ ਗੀਤ ਮਾਰਕੀਟ ਵਿੱਚ ਆਉਂਦਾ ਮਗਰੋਂ ਆ ਹਿੱਟ ਪਹਿਲਾਂ ਹੋ ਜਾਂਦਾ ਹੈ। ਆਹ ਜਿਹੜੀ ਹਰ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਆ, ਇਹ ਐਵੇਂ ਨਹੀਂ ਹੋਗੀ। ਇਸ ਮੁਕਾਮ ਤੇ ਪਹੁੰਚਣ ਲਈ ਮੈਂ ਦਿਨ ਰਾਤ ਮਿਹਨਤ ਕੀਤੀ ਹੈ, ਕਰੜਾ ਸੰਘਰਸ਼ ਕੀਤਾ। ਗਿੱਲ ਨੇ ਚਮਕੀਲੇ ਨੂੰ ਵਿੱਚੋਂ ਟੋਕਿਆ ਸੀ। ਮੈਨੂੰ ਸਭ ਪਤਾ ਹੈ ਬਾਈ ਜੀ, ਤੈਨੂੰ ਪਤਾ ਤਾਂ ਤੂੰ ਇਹ ਵੀ ਜਾਣਦਾ ਹੋਵੇਂਗਾ ਕਿ ਕਿਸੇ ਵੀ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਾਜ਼ਾਂ ਨੂੰ ਆਪ ਵਜਾ ਕੇ ਕੀੜੇ ਕੱਢ ਕੇ ਰੱਖ ਦਿੰਦਾ ਹੈ। ਫਿਰ ਮੇਰੇ ਸੁਰ ਵਿੱਚ ਕਿਤੇ ਸਾਜ਼ ਮੇਰੇ ਪ੍ਰੋਗਰਾਮ ਵਿੱਚ ਬੇਸੁਰੇ ਕਿਵੇਂ ਹੋਏ ਅੱਜ? ਹਾਰਮੋਨੀਅਮ ਤੇ ਜਿਹੜੀਆਂ ਸੁਰਾਂ ਤੋਂ ਗਲਤ ਵਜਾਈਆਂ ਉਹਨਾਂ ਦੀ ਤਾਂ ਖੈਰ ਆ, ਪਰ ਪ੍ਰੋਗਰਾਮ ਦਾ ਆਗਾਜ਼ ਕਰਨ ਲਈ ਤੂੰ ਜਿਹੜਾ ਧਾਰਮਿਕ ਗੀਤ ਵਾਰ ਦਿੱਤੇ ਪੁੱਤ ਕਲਗੀਆਂ ਵਾਲੇ ਨੇ ਗਾਇਆ, ਉਹ ਵੀ ਬੇਸੁਰਾ ਸੀ। ਸ਼ੁਕਰ ਕਰ ਉੱਥੇ ਕੋਈ ਕਲਾਕਾਰ ਨਹੀਂ ਸੀ, ਨਹੀਂ ਗਾਉਣ ਵਾਲਿਆਂ ਨੇ ਤਾਂ ਗੱਲ ਚੱਕ ਲੈਣੀ ਸੀ। ਬਾਈ ਚਮਕੀਲੇ ਹੋਰੀ ਬੇਸੁਰਾ ਗਾਈ ਜਾਂਦੇ ਆ, ਦੱਸ ਅੱਜ ਤੈਨੂੰ ਕੀ ਬਿਮਾਰੀ ਪੈ ਗਈ ਸੀ? ਚਮਕੀਲਾ ਕਾਫੀ ਖਿਝਿਆ ਹੋਇਆ ਸੀ। ਆਮ ਤੌਰ ਤੇ ਉਹ ਘੱਟ ਹੀ ਗਰਮ ਹੁੰਦਾ ਸੀ, ਪਰ ਸਾਜੀਆਂ ਨੂੰ ਚੰਡ ਕੇ ਜ਼ਰੂਰ ਰੱਖਦਾ ਸੀ। ਹਰਜੀਤ ਗਿੱਲ ਕੁਝ ਨਾ ਬੋਲਿਆ ਤੇ ਹੱਥ ਵਿੱਚ ਡੱਕਾ ਫੜੀ ਧਰਤੀ ਉੱਪਰ ਲਕੀਰਾਂ ਵਾਉਂਦਾ ਰਿਹਾ ਸੀ। ਉਸਨੂੰ ਚੁੱਪ ਦੇਖ ਕੇ ਚਮਕੀਲਾ ਹੋਰ ਖਿੱਝ ਗਿਆ ਸੀ। ਮੈਂ ਤੈਨੂੰ ਕਿੰਨੀ ਵਾਰੀ ਇਸ਼ਾਰਾ ਵੀ ਕੀਤਾ ਸੀ, ਧਿਆਨ ਨਾਲ ਕਹਿ ਕੇ ਤੂੰ ਮੇਰੀ ਰਤਾ ਗੌਰ ਨਹੀਂ ਕੀਤੀ, ਹੁਣ ਮੂੰਹੋਂ ਤਾਂ ਕੁਛ ਬੋਲ। ਗਿੱਲ ਦੀ ਗੰਭੀਰ ਜਿਹੀ ਆਵਾਜ਼ ਨਿਕਲੀ ਸੀ, ਉਸਤਾਦ ਜੀ ਤੁਸੀਂ ਕਦੇ ਇਸ਼ਕ ਕੀਤਾ? ਮੇਰਾ ਇਸ਼ਕ ਤਾਂ ਮੇਰਾ ਸੰਗੀਤ ਹੀ ਆ, ਤੇ ਸਟੇਜ ਤੇ ਤੇਰਾ ਇਸ਼ਕ ਵੀ ਤੇਰੇ ਵਾਜੇ ਨਾਲ ਹੋਣਾ ਚਾਹੀਦਾ। ਮੈਂ ਤੁਹਾਨੂੰ ਅੱਜ ਆਪਣੀ ਜ਼ਿੰਦਗੀ ਦਾ ਪੰਨਾ ਫਰੋਲ ਕੇ ਦਿਖਾਉਂਦਾ ਹਾਂ, ਮੈਂ ਕਦੇ ਕਿਸੇ ਕੋਲ ਇਹ ਗੱਲ ਨਹੀਂ ਕੀਤੀ। ਅੱਜ ਆਪਾਂ ਮੇਰੇ ਪਿੰਡ ਚੇਲੇ ਕੋਲ ਕੋਟ ਤੂੰ ਪ੍ਰੋਗਰਾਮ ਕਰਨ ਗਏ ਸੀ ਤਾਂ ਮੈਨੂੰ ਭੁੱਲਿਆ ਹੋਇਆ ਆਪਣਾ ਅਤੀਤ ਤੇ ਹੋਰ ਬਹੁਤ ਕੁਝ ਯਾਦ ਆ ਗਿਆ ਸੀ। ਮੈਂ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਤੁਹਾਡੇ ਵਾਂਗ ਮੇਰੀ ਵੀ ਮਾਂ ਮਰ ਗਈ ਸੀ। ਮੈਨੂੰ ਤੇ ਮੇਰੇ ਦੋ ਭਰਾਵਾਂ ਨੂੰ ਮੇਰੀ ਦਾਦੀ ਨੇ ਪਾਲਿਆ ਸੀ। ਮੇਰਾ ਪੜ੍ਹਾਈ ਵਿੱਚ ਮਨ ਨਹੀਂ ਸੀ ਲੱਗਦਾ ਹੁੰਦਾ ਸੀ, ਘਰ ਵਿੱਚ ਅੰਤਾਂ ਦੀ ਗਰੀਬੀ ਵੀ ਸੀ। ਮੈਂ 8ਵੀਂ ਵਿੱਚੋਂ ਹੀ ਹਟ ਗਿਆ ਸੀ। ਜੱਟ ਪਰਿਵਾਰ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਜ਼ਮੀਨ ਦਾ ਨਾਮ ਮਾਤਰ ਹੀ ਸੀ। ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ। ਸਾਡੇ ਪਿੰਡ ਇੱਕ ਅਮਰੂਦਾਂ ਦਾ ਬਾਗ ਸੀ। ਮੈਂ ਸਾਰਾ ਦਿਨ ਉੱਥੇ ਬੈਠ ਗਾਣੇ ਗਾਉਂਦਾ ਰਹਿੰਦਾ ਸੀ। ਉੱਥੇ ਇੱਕ ਫਕੀਰ ਆਇਆ ਕਰਦਾ ਸੀ, ਉਹ ਤੁੰਬਾ ਵਜਾਉਂਦਾ ਹੁੰਦਾ ਸੀ।
ਮੈਂ ਹੌਲੀ ਹੌਲੀ ਉਸ ਫਕੀਰ ਤੋਂ ਤੂੰਬੀ ਸਿੱਖ ਲਈ ਸੀ। ਮੈਂ ਹਰ ਵੇਲੇ ਤੂੰਬੀ ਵਜਾਉਂਦੇ ਨੇ ਪਿੰਡ ਵਿੱਚ ਫਿਰਦੇ ਰਿਹਾ ਕਰਨਾ। ਮੇਰੀ ਤੂੰਬੀ ਸੁਣ ਕੇ ਸਾਡੇ ਹੀ ਪਿੰਡ ਦੀ ਇੱਕ ਕੁੜੀ ਮੇਰੇ 'ਤੇ ਆਸ਼ਕ ਹੋ ਗਈ ਸੀ। ਸਾਡਾ ਪਿਆਰ ਹੋ ਪੈ ਗਿਆ। ਉਹ ਗਿੱਧੇ ਵਿੱਚ ਨੱਚਦੀ ਬਹੁਤ ਸੋਹਣਾ ਸੀ। ਮੇਰੇ ਨੱਚਦੀ ਦੇ ਖੁੱਲ੍ਹ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ। ਆਪਣਾ ਗੀਤ ਮੈਂ ਉਸੇ ਉੱਤੇ ਲਿਖਿਆ ਸੀ। ਅਸੀਂ ਚੋਰੀ ਛਿੱਪੇ ਮਿਲਣ ਲੱਗ ਪਏ। ਸਾਡੇ ਸੰਬੰਧ ਦਿਨੋ ਦਿਨ ਗੂੜੇ ਹੋਣ ਲੱਗੇ। ਫਿਰ ਇੱਕ ਦਿਨ ਉਹਨਾਂ ਦੇ ਘਰਦਿਆਂ ਨੂੰ ਪਤਾ ਲੱਗ ਗਿਆ। ਉਹਦੇ ਭਰਾਵਾਂ ਨੇ ਗਲੀ ਵਿੱਚ ਘੇਰ ਕੇ ਮੈਨੂੰ ਚੰਗਾ ਵੱਢਿਆ। ਮੇਰੇ ਸਿਰ ਵਿੱਚ ਗਲੀ ਹੋ ਗਈ ਸੀ। ਮੇਰੇ ਸਿਰ 'ਚੋਂ ਖੂਨ ਦੀਆਂ ਤਤੀਰੀਆਂ ਨਿਕਲਦੀਆਂ ਸਨ ਅਤੇ ਮੈਂ ਉਹਨਾਂ ਦੇ ਦਰਾਂ ਵਿੱਚ ਲਹੂ ਲੁਹਾਨ ਹੋਇਆ ਪਿਆ ਸੀ। ਉਸ ਤੋਂ ਅਗਲੇ ਦਿਨ ਵੀ ਉਹਨਾਂ ਨੇ ਮੇਰੀ ਮਾਸ਼ੂਕ ਨੂੰ ਨਾਨਕੀ ਭੇਜ ਕੇ ਥੋੜ੍ਹੇ ਦਿਨਾਂ ਬਾਅਦ ਉਸਦਾ ਵਿਆਹ ਕਰ ਦਿੱਤਾ ਸੀ। ਮੈਨੂੰ ਮੇਰੇ ਘਰਦਿਆਂ ਨੇ ਡਰਦਿਆਂ ਹੋਇਆਂ ਰਿਸ਼ਤੇਦਾਰੀ ਵਿੱਚ ਭੇਜ ਦਿੱਤਾ ਸੀ, ਪਰ ਮੇਰਾ ਉੱਥੇ ਮਨ ਨਾ ਲੱਗਿਆ ਅਤੇ ਮੈਂ ਇੱਥੇ ਲੁਧਿਆਣੇ ਆ ਗਿਆ ਅਤੇ ਸਾਜ ਸਿੱਖ ਕੇ ਦੀਪ ਹੋਰਾਂ ਨਾਲ ਪੇਟੀ ਵਜਾਉਣ ਲੱਗ ਪਿਆ। ਉੱਥੋਂ ਛਿੰਦੇ ਨਾਲ ਜਾਣ ਲੱਗ ਪਿਆ ਅਤੇ ਫਿਰ ਤੁਹਾਡੇ ਨਾਲ ਮੇਲ ਹੋ ਗਿਆ। ਮੈਂ ਜਿੱਦਣ ਦਾ ਪਿੰਡ ਛੱਡਿਆ ਹੈ ਮੁੜ ਕੇ ਇੱਕ ਵਾਰ ਵੀ ਪਿੰਡ ਨਹੀਂ ਗਿਆ। ਲੱਗਦਾ ਹੈ ਮੇਰੀ ਲਾਸ਼ ਹੀ ਮੇਰੇ ਪਿੰਡ ਜਾਊਗੀ। ਜਿਉਂਦੇ ਜੀ ਤਾਂ ਉਸ ਪਿੰਡ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ। ਗਿੱਲ ਆਪਣੀ ਜੀਵਨ ਕਥਾ ਬਿਆਨ ਕਰਦਾ ਹੋਇਆ ਹੁੰਬਕੀ ਰੋਣ ਲੱਗ ਪਿਆ ਸੀ। ਚਮਕੀਲਾ ਹਲੀਮੀ ਨਾਲ ਬੋਲਿਆ ਸੀ, ਪਰ ਤੇਰੀ ਪ੍ਰੇਮ ਕਹਾਣੀ ਦਾ ਆਪਣੇ ਪ੍ਰੋਗਰਾਮ ਨਾਲ ਤੇ ਮੇਰੇ ਸਵਾਲ ਨਾਲ ਕੀ ਸੰਬੰਧ ਹੈ? ਅੱਜ ਸਾਡੇ ਪਿੰਡਾਂ ਵੱਲ ਜਾ ਕੇ ਮੈਨੂੰ ਉਹ ਸਾਰਾ ਕੁਝ ਯਾਦ ਆ ਗਿਆ ਸੀ। ਮੈਂ ਜਿਹੜਾ ਸਟੇਜਾਂ ਤੋਂ ਗੀਤ ਕਰ ਯਾਦ ਕੁੜੇ ਨੀ ਗਾਉਂਦਾ ਹੁੰਦਾ ਹਾਂ, ਉਹ ਮੈਂ ਉਸ ਮਰਜਾਣੀ ਨੂੰ ਯਾਦ ਕਰਕੇ ਹੀ ਲਿਖਿਆ ਸੀ। ਮੇਰੀ ਤਮੰਨਾ ਹੈ ਕਿ ਜਿੱਥੇ ਕਿਤੇ ਵੀ ਹੋਵੇ ਉਹ ਮੇਰੇ ਗੀਤ ਰਾਹੀਂ ਸੁਣ ਲਵੇ ਕਿ ਮੈਂ ਅੱਜ ਵੀ ਉਸਨੂੰ ਭੁੱਲਿਆ ਨਹੀਂ ਹਾਂ। ਮੈਂ ਆਪਣੇ ਦਿਲ ਦੀ ਆਵਾਜ਼ ਉਸ ਤੱਕ ਪਹੁੰਚਾਉਣੀ ਚਾਹੁੰਦਾ ਹਾਂ। ਬਸ ਅੱਜ ਗੀਤ ਗਾਉਂਦਿਆਂ ਉਹਦੀਆਂ ਯਾਦਾਂ ਦੀ ਘੁੰਮਣ ਘੇਰੀ ਆ ਗਈ ਸੀ। ਮੇਰਾ ਧਿਆਨ ਉੱਖੜ ਗਿਆ ਅਤੇ ਮੈਥੋਂ ਗਾ ਹੀ ਨਹੀਂ ਹੋਇਆ। ਕਾਸ਼ ਉਸ ਤੱਕ ਮੇਰੇ ਦਿਲ ਦੀ ਹੂਕ ਪਹੁੰਚ ਜਾਵੇ। ਗਿੱਲ ਨੇ ਹੰਝੂਆਂ ਨਾਲ ਲਬਾ ਲਬ ਭਰੀਆਂ ਅੱਖਾਂ ਪੂੰਝੀਆਂ ਸਨ। ਚਮਕੀਲੇ ਨੇ ਜੇਬ ਵਿੱਚੋਂ ਕੱਢ ਕੇ ਡੱਬੀਆਂ ਵਾਲਾ ਰੁਮਾਲ ਗਿੱਲ ਨੂੰ ਦਿੱਤਾ ਸੀ। ਲੈ, ਪਹਿਲਾਂ ਅੱਖਾਂ ਪੂੰਝ। ਐਂਕਣ ਬੁੱਕਣ ਨਾਲ ਕੁਛ ਨਹੀਂ ਹੋਣਾ, ਭਾਵੇਂ ਸਾਰੀ ਉਮਰ ਕੂਕਾਂ ਮਾਰੀ ਜਾਈ। ਇਉਂ ਕਰ, ਮੈਨੂੰ ਗੀਤ ਦੇ, ਮੈਂ ਰਿਕਾਰਡ ਕਰਵਾ ਦਿੰਦਾ। ਫਿਰ ਭਾਵੇਂ ਉਹ ਪਤਾਲ 'ਚ ਬੈਠੀ ਹੋਵੇ ਤਾਂ ਵੀ ਉਹਨੂੰ ਸੁਣ ਜੂ। ਸੱਚੀ ਉਸਤਾਦ ਜੀ, ਤੁਸੀਂ ਰਿਕਾਰਡ ਕਰਵਾਓਗੇ ਮੇਰਾ ਗੀਤ? ਗਿੱਲ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ। ਗਿੱਲ ਨੇ ਜੇਬ ਵਿੱਚੋਂ ਕੱਢ ਕੇ ਗੀਤ ਚਮਕੀਲੇ ਦੇ ਹਵਾਲੇ ਕਰ ਦਿੱਤਾ ਸੀ। ਹਾਂ, ਤੇਰੇ ਨਾਲ ਵਾਅਦਾ ਕਰਦਾ, ਅਗਲੀ ਰਿਕਾਰਡਿੰਗ ਮੌਕੇ ਸਭ ਤੋਂ ਪਹਿਲਾਂ ਇਹੀ ਗੀਤ ਰਿਕਾਰਡ ਕਰਵਾਊਂਗਾ। ਤੇਰੀ ਤਰਜ ਢਿੱਲੀ ਹੈ, ਮੈਂ ਇਹਦੀ ਖਿੱਚ ਕੇ ਹੋਰ ਕੰਪੋਜੀਸ਼ਨ ਬਣਾਉਂਦਾ ਹਾਂ। ਚੱਲ ਚੱਲੀਏ, ਦਾਰੂ ਪੀਨੇ ਆ। ਅੱਗੇ ਤੋਂ ਸਟੇਜ ਤੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਚਮਕੀਲੇ ਨੇ ਗਿੱਲ ਨੂੰ ਬਾਹੋਂ ਫੜ ਕੇ ਉਠਾ ਲਿਆ ਸੀ। ਅੱਖਾਂ ਦੇ ਹੰਝੂ ਪੂੰਝਦਾ ਹੋਇਆ ਗਿੱਲ ਚਮਕੀਲੇ ਨਾਲ ਠੇਕੇ ਵੱਲ ਨੂੰ ਤੁਰ ਪਿਆ ਸੀ। ਦੋਸਤੋ, ਇਸ ਤਰ੍ਹਾਂ ਇਹ ਗੀਤ ਕਰ ਯਾਦ ਕੁੜੇ ਨੀ ਰਿਕਾਰਡ ਕਰਵਾਇਆ ਗਿਆ ਚਮਕੀਲਾ ਜੀ ਵੱਲੋਂ, ਜੋ ਕਿ ਗਿੱਲ ਦਾ ਲਿਖਿਆ ਹੋਇਆ ਸੀ। ਇੱਕ ਕਿੱਸਾ ਹਮਦਰਦੀ ਭਰਿਆ ਤੁਹਾਡੇ ਰੂਬਰੂ ਕੀਤਾ ਹੈ। ਇਸੇ ਤਰ੍ਹਾਂ ਤੁਹਾਨੂੰ ਸਮੇਂ ਸਮੇਂ 'ਤੇ ਅਪਡੇਟਸ ਦਿੰਦੇ ਰਹਾਂਗੇ। ਇਹ ਕਿੱਸਾ ਮੈਂ ਬਲਰਾਜ ਸਿੰਘ ਸਿੱਧੂ ਦੀ ਕਿਤਾਬ ਸ਼ਹੀਦ ਤੋਂ 20 ਭਾਗ ਤੋਂ ਪੜ੍ਹ ਕੇ ਸੁਣਾਇਆ ਹੈ। ਜਲਦ ਅਗਲੀ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਹੁਣ ਲਈ ਦਿਓ ਇਜਾਜ਼ਤ, ਸਾਡਾ ਪੰਜਾਬੀ ਵਿਰਸਾ ਪ੍ਰੀਤ ਡੁਗਰੀ ਦੇ ਨਾਲ।